ਉਸ ਤੋਂ ਬਾਅਦ ਮਿੰਟੂ ਜੀ ਆਪਾਂ ਅੱਗੇ ਚੱਲ ਗਏ ਜੀ ਗੈਂਗਵਾਰ ਜਿਹੜਾ ਕਹਿੰਦੇ ਕਿ ਪੰਜਾਬ 'ਚ ਤਾਂ ਨਵਾਂ ਹੀ ਕੰਮ ਚੱਲ ਪੂਆ ਫਿਰ ਇਸ ਹਸਾ ਆਪਣਾ ਤਾਂ ਹੁਣਾ ਜਿਹੜਾ ਗੈਂਗਵਾਰ ਹੋਇਆ ਹੈ ਪਹਿਲਾਂ ਜੇਲ੍ਹ ਚ ਹੋਇਆ ਬਾਅਦ ਦੇ ਵਿੱਚ ਉਹਦਾ ਕਨੈਕਸ਼ਨ ਬਾਹਰ ਆ ਕੇ ਨਿਕਲ ਜਾਂਦਾ ਹੈਗਾ ਪਤਾ ਨਹੀਂ ਕਿੰਦਰ ਕੀ ਚੱਲ ਰਿਹਾ ਹੈ ਨੀ ਸ਼ੁਰੂ 'ਚ ਕੀ ਸੀਗਾ ਕਿ ਕੱਲ ਜਿਹੜਾ ਮੋਗੇ ਇੱਕ ਬਜ਼ੁਰਗ ਦਾ ਕਤਲ ਹੋਇਆ ਹਾਂਜੀ ਸ਼ੁਰੂ 'ਚ ਐਉਂ ਲੱਗਿਆ ਕਿ ਕੋਈ ਲੁਟੇਰਾ ਲੁਟੂਰਾ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਨਾ ਇਹ ਲੁੱਟਰ ਟੋਲਾ ਵੀ ਬੜਾ ਤਰ੍ਹਾਂ ਫਿਰਦਾ ਹੈ ਕਿ ਕੋਈ ਹੋ ਸਕਦਾ ਕਿਸ ਤਰ੍ਹਾਂ ਲੁੱਟ ਮਾਰ ਦੀ ਨਿਗਾਹ ਦੇ ਨਾਲ ਵੜ ਗਿਆ ਹੋਵੇ ਘਰ ਤੇ ਜਦੋਂ ਘਰ ਨੂੰ ਵੜਿਆ ਹੋ ਤੇ ਕੋਈ ਵਿਰੋਧ ਹੋਇਆ ਹੋਵੇ ਮਾੜਾ ਮੋਟਾ ਜਾਂ ਡਰ ਡਰ ਗਿਆ ਹੋਵੇਗਾ ਤੋ ਉਹਨੇ ਫੇਰ ਮਾਰ ਦਿੱਤਾ ਜੀ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਕੱਲ ਗੋਲੀ ਚੱਲੀ ਆ ਇੱਕ ਕਾਰੋਬਾਰੀ ਦਾ ਉੱਥੇ ਵੀ ਕਤਲ ਹੋਇਆ ਬਜ਼ੁਰਗ ਦਾ ਉਹ ਵੀ ਸ਼ਾਇਦ ਘਰੀ ਹੋਇਆ ਜੀ ਬਾਅਦ ਦੇ ਵਿੱਚ ਫਿਰ ਇਸ ਕਹਾਣੀ ਨੇ ਮਤਲਬ ਕਿ ਮੋੜ ਦਰ ਮੋੜ ਕਟਿਆ ਜੀ ਪਹਿਲਾਂ ਤੇ ਇਹ ਨਿਕਲ ਕੇ ਆਇਆ ਕੋਈ ਸੀਗਾ ਫੇਸਬੁਕ ਤੇ ਮੈਂ ਪੋਸਟ ਪੜ੍ਹ ਰਿਆ ਸੀ ਕੋਈ ਗੋਪੀ ਡੱਲੇਵਾਲ ਜੀ ਨਾਮ ਦਾ ਕੋਈ ਪੋਸਟ ਸੀ ਜੀ ਤਾਂ ਉਸਨੇ ਕਿਹਾ ਕਿ ਇਹ ਬਦਲਾ ਹੈ ਜੀ ਇਹ ਬਦਲਾ ਲਿਆ ਗਿਆ ਹੈ ਕਿਉਂਕਿ ਇਹਨਾਂ ਦਾ ਇੱਕ ਲੜਕਾ ਜੇਲ੍ਹ ਦੇ ਵਿੱਚ ਆ 5 ਸਾਲ ਤੋਂ ਜੀ ਸੁਖਦੇਵ ਸੇਬੂ ਜੀ ਉਹਨੂੰ ਮਲਵ ਕੇ ਕਈ ਮਾਮਲਿਆਂ 'ਚ ਨਾਮਜ਼ਦ ਕਰ ਰੱਖਿਆ ਪੁਲਿਸ ਨੇ ਜੀ ਲੰਮੇ ਸਮੇਂ ਤੋਂ ਜੇਲ੍ਹ ਚ ਆ ਤਾਂ ਬਾਤ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਦਰਅਸਲ ਇਹਨਾਂ ਨੇ ਸੇਬੂ ਰਾਣੇ ਗੋਰੂ ਬੱਚਾ ਨਾਂ ਦਾ ਇੱਕ ਗੈਂਗਸਟਰ ਆ ਲੁਧਿਆਣਾ ਵਾਲੇ ਪਾਸੇ ਲੁਧਿਆਣੇ ਵਾਲੇ ਸਾਈਡ ਦਾ ਤੇ ਲੰਬੇ ਸਮੇਂ ਤੋਂ ਇਧਰ ਦੀਆਂ ਜੇਲਾਂ ਚ ਹੀ ਬੰਦਾ ਫਰੀਦਕੋਟ ਮੁਕਸਰ ਫਰੀਦਕੋਟ ਇਨਾਂ ਜੇਲਾਂ ਚ ਹੀ ਹੁਣ ਪਤਾ ਨਹੀਂ ਕਿੱਥੇ ਆ ਜੀ ਮੈਨੂੰ ਤਾਂ ਯਾਦ ਆ ਕਿਉਂਕਿ ਉਹਦੇ ਪਰਿਵਾਰ ਵਾਲਿਆਂ ਨੇ ਜਦੋਂ ਮੁਖਸਰ ਸੀਗਾ ਤੇ ਕਈ ਵਾਰੀ ਪ੍ਰੈਸ ਦੇ ਨਾਲ ਮੁਖਾਤਬ ਹੋ ਕੇ ਸਮੱਸਿਆ ਦੱਸੀ ਸੀ ਕਿ ਗੱਲ ਨਹੀਂ ਕਰਵਾਈ ਜਾ ਰਹੀ ਇਹ ਦਵਾਈ ਨਹੀਂ ਦਵਾਈ ਜਾ ਰਹੀ ਏਦਾਂ ਦੀਆਂ ਚੀਜ਼ਾਂ ਹਾਂਜੀ ਕਦੇ ਖਾਣੇ ਪਿੱਛੇ ਹਾਂ ਹਾਂਜੀ ਹਾਂਜੀ ਹਰਤਾਲ ਵਗੈਰਾ ਵੀ ਕੀਤੀ ਬਿਲਕੁਲ ਉਹ ਖਾਸਾ ਮਤਲਬ ਕਿ ਸੁਰਖੀਆਂ ਚ ਰਿਹਾ ਮਾਮਲਾ ਜੀ ਤੇ ਦੱਸਦੇ ਆ ਕਿ ਇਹਨਾਂ ਨੇ ਉਹਨੂੰ ਜੇਲ੍ਹ ਦੇ ਵਿੱਚ ਕੁੱਟਿਆ ਜੀ ਜਦੋਂ ਜੇਲ੍ਹ ਦੇ ਵਿੱਚ ਕੁੱਟਿਆ ਤਾਂ ਉਹ ਜਿਹੜਾ ਉਹਦਾ ਗਰੁੱਪ ਹੋਊਗਾ ਤਾ ਉਹਨਾਂ ਨੇ ਸ਼ੂਟਰ ਕੱਲੇ ਆ ਬਿਆ ਕੰਮ ਕਰਦੇ ਹੋ ਹੁਣ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਦੇਖੋ ਮਸਲਾ ਤਾਂ ਵਿਗੜ ਗਿਆ ਨਾ ਅੱਜ ਤੱਕ ਸ਼ਾਇਦ ਇਹ ਮੈਂ ਤਾਂ ਘਟਨਾ ਨਹੀਂ ਦੇਖੀ ਕਿ ਕਿਸੇ ਦਾ ਮਾਂ ਪਿਓ ਇਸ ਤਰ੍ਹਾਂ ਜੋ ਚਲਦੀ ਹੈ ਗਰੋ ਬਾਜ਼ੀ ਉਹਦੇ ਵਿੱਚ ਸ਼ਿਕਾਰ ਹੋ ਗਿਆ ਹੋਵੇ ਹਾਂਜੀ ਮੇਰੀ ਨਜ਼ਰ ਦੇ ਵਿੱਚ ਤੇ ਕਟੂ-ਕਟੇ ਪਹਿਲਾਂ ਮੰਗਲਾ ਹੋ ਸਕਦਾ ਕਿਤੇ ਅੱਗੇ ਵੀ ਹੋਇਆ ਹੋਵੇ ਸਾਥੀਆਂ ਤੱਕ ਹੀ ਰਹਿੰਦਾ ਇਸ ਤੋਂ ਪਹਿਲਾਂ ਹਾਂਜੀ ਤਾਂ ਇਹ ਜਦੋਂ ਬੜਾ ਵੱਡਾ ਮਸਲਾ ਬਣ ਗਿਆ ਕਿ ਹੁਣ ਤਾਂ ਬਾਈ ਬਜ਼ੁਰਗ ਜਿਹੜੇ ਵਿਦੋਸ਼ੇ ਬਜ਼ੁਰਗ ਹੈ ਤੁਸੀਂ ਉਹ ਵੀ ਮਾਰਨੇ ਸ਼ੁਰੂ ਕਰ ਦਿੱਤੇ ਫਿਰ ਇਹ ਸਫਾਈ ਆਈ ਆ ਜੇ ਇਹ ਕਹਾਣੀ ਇਧਰੋਂ ਤੁਰੇ ਕਿ ਅਸਲ ਤੇ ਵਿੱਚ ਉਹ ਜਿਹੜੇ ਸ਼ੂਟਰ ਸਨ ਸ਼ੂਟਰ ਮਾਰਨ ਗਏ ਸੀਗੇ ਉਹਦੇ ਭਰਾ ਨੂੰ ਕੋਈ ਮੋਣਾ ਜਿਹੜਾ ਹੈ ਨਹੀਂ ਸੀ ਕਰੇ ਜਿਹੜਾ ਹੈ ਨਹੀਂ ਸੀ ਪਰ ਇਹ ਤਾਂ ਕੋਈ ਧੁੱਕ ਨਹੀਂ ਬਣਦਾ ਨਾ ਕਿਸੇ ਬੰਦੇ ਦੀ ਵੈਸੇ ਜਾਨ ਤਾਂ ਕਿਸੇ ਦੀ ਵੀ ਨਹੀਂ ਲੈਣੀ ਚਾਹੀਦੀ ਅਸੀਂ ਤੇ ਕਹਿੰਨੇ ਆ ਪਰ ਜੇ ਕੋਈ ਘਰੇ ਨਹੀਂ ਮਿਲਿਆ ਤਾਂ ਦੂਸਰੇ ਦਾ ਕੀ ਕਸੂਰ ਹੈ ਭਾਈ ਪਹਿਲੀ ਗੱਲ ਤਾਂ ਹੋਣੀ ਨਹੀਂ ਚਾਹੀਦੀ ਗੱਲ ਤੇ ਦੂਜੀ ਗੱਲ ਇਹ ਕਿ ਬਈ ਮੈਨੂੰ ਆਪਾਂ ਥੋੜੀ ਜਸਟੀਫਾਈਬਲ ਕਰ ਸਕਦੇ ਆ ਜੀ ਤਾਂ ਇਹਨਾਂ ਦੀ ਆਪਸੀ ਕਹਿ ਲਓ ਕਿ ਲਵ ਵਿਟਮੀ ਲੜਾਈ ਚੱਲੀ ਜਾਂਦੀ ਆ ਤਾਂ ਇਹ ਤੁਰਦਾ ਤੁਰਦਾ ਮਾਮਲਾ ਸਾਹਬ ਲਾ ਲਓ ਕਿ ਜੇਲ੍ਹ ਤੱਕ ਚਲੇ ਗਿਆ ਜੀ ਹੁਣ ਇਹਦਾ ਮਤਲਬ ਇਹ ਹੈ ਕਿ ਜੇਲ੍ਹ ਦੇ ਵਿੱਚ ਨਾ ਸਿਰਫ ਉੱਥੇ ਲੜਾਈਆਂ ਪੜਾਈਆਂ ਗੈਂਗਵਾਰ ਜਾਂ ਹਮਲਾ ਅਟੈਕ ਇਹ ਸਾਰਾ ਕੁਝ ਚੱਲ ਰਿਹਾ ਹੈ ਜੀ ਬਦਸਤੂਰ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਗੁਰੂ ਬੱਚੇ ਦੇ ਗੱਲ ਉਦੋਂ ਪੈ ਨੇ ਜਦੋਂ ਹਸਪਤਾਲ ਦੇ ਵਿੱਚੋਂ ਦਵਾਈ ਲੈ ਕੇ ਆ ਰਿਹਾ ਸੀਗਾ ਹੁਣ ਦੇਖੋ ਆਮ ਤੌਰ ਤੇ ਤੇ ਐਡਵਡ ਹੁੰਦੇ ਨੇ ਗਰੁੱਪ ਜੀ ਪਰ ਕੀ ਹੈ ਕਿ ਜੇ ਕੋਈ ਬਿਮਾਰ ਸ਼ੁਮਾਰਿਆ ਫਿਰ ਹਸਪਤਾਲ ਤੇ ਜਾਣਾ ਹੀ ਪੈਂਦਾ ਹੈ ਨਾ ਜੀ ਤਾਂ ਕਈ ਵਾਰ ਬੰਦਾ ਲੰਘਿਆ ਤਾਂ ਜਿਹੜਾ ਵਿਰੋਧੀ ਗਰੁੱਪ ਹੁੰਦਾ ਉਹਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਚੀਜ਼ ਜਿਹੜੀ ਹੈ ਗਾਰੰਟੀ ਦੇ ਰੂਪ ਵਿੱਚ ਹੀ ਮਿਲ ਜਾਂਦੀ ਹੈ ਕਿੰਨੇ ਵਾਪਸ ਤੇ ਆਉਣਾ ਹੀ ਆ ਜੀ ਆਏਗਾ ਤਾਂ ਬੈਰਕ ਨੂੰ ਜਸੈਲ ਤਾਂ ਇਹ ਮਸਲਾ ਇੱਥੋਂ ਤੁਰਦਾ ਤੁਰਦਾ ਇੱਥੋਂ ਤੱਕ ਚਲੇ ਗਿਆ ਹੌਲੀ ਹੌਲੀ ਪਹਿਲਾਂ ਇਦਾਂ ਹੀ ਦੇਖਿਆ ਗਿਆ ਕਿ ਇਹ ਆਮ ਜਿੱਦਾਂ ਆਪਣੇ ਇੱਥੇ ਲੁੱਟ ਮਾਰਦੀਆਂ ਘਟਨਾਵਾਂ ਹੋ ਰਹੀਆਂ ਨੇ ਕਤਲੋਗਾਰਤ ਚੱਲ ਰਹੀ ਹੈ ਉਹਦਾ ਹਿੱਸਾ ਪਰ ਬਾਅਦ ਦੇ ਵਿੱਚ ਜੁੜਦੀ ਜੁੜਦੀ ਕਹਾਣੀ ਗੈਂਗਵਾਰ ਤੱਕ ਚਲੇ ਗਈ ਜੇਲ੍ਹਾਂ ਤੱਕ ਚਲੇ ਗਈ ਸਭ ਤੋਂ ਵੱਡਾ ਸਵਾਲ ਇਹ ਆ ਕਿ ਇੱਕ ਤੇ ਉੱਥੇ ਲੜ ਰਹੇ ਨੇ ਆਪਸ ਵਿੱਚ ਜੀ ਹੋ ਸਕਦਾ ਸੀ ਉੱਥੇ ਜਾਨੀ ਨੁਕਸਾਨ ਹੋ ਜਾਂਦਾ ਜੀ ਅੱਗੇ ਵੀ ਆ ਤੁਸੀਂ ਦੇਖਿਆ ਹੁਣ ਤਿੰਨ ਦਿਨ ਪਹਿਲਾਂ ਵੀ ਕਤਲ ਹੋਇਆ ਇੱਕ ਜੇਲ੍ਹ ਦੇ ਵਿੱਚ ਜੀ ਉਸ ਤੋਂ ਪਹਿਲਾਂ ਵੀ ਹੋਇਆ ਉਹ ਦੋ ਡਬਲ ਮਰਡਰ ਹੋਇਆ ਕਿੰਨੀ ਘਟਨਾ ਵਾ ਇਸ ਤਰ੍ਹਾਂ ਦੀ ਕਿੰਨੀਆਂ ਘਟਨਾਵਾਂ ਤੇ ਦੂਜੀ ਗੱਲ ਕਿ ਜਦੋਂ ਲੜਾਈ ਹੋਈ ਆ ਉਸ ਤੋਂ ਕੁਝ ਘੰਟਿਆਂ ਬਾਅਦ ਇਹ ਸਵਾਰਦਾਦਾ ਹੋ ਜਾਣਾ ਸਾਫ ਹੈ ਕਿ ਸਾਰਾ ਕੁਝ ਫਿਰ ਟੈਲੀਫੋਨ ਤੇ ਕੀਤਾ ਗਿਆ ਜੀ ਟੈਲੀਫੋਨ ਤੇ ਕੀਤਾ ਗਿਆ ਹੈਗਾ ਨਾ ਮਾਨ ਸਾਹਿਬ ਜੀ ਹਾਂ ਭਈ ਕਰੋ ਜੀ ਆਪ ਮਤਲਬ ਉਹ ਅੰਦਰੋਂ ਚਿੱਠੀ ਥੋੜਾ ਪਈ ਗਈ ਹਾਂ ਹਾਂ ਸਹੀ ਸਹੀ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਇਸ ਤੋਂ ਬਾਅਦ ਭਾਜੀ ਕੱਲ ਇੱਕ ਮੁੰਡੇ ਦਾ ਕਤਲ ਹੋਇਆ ਜੀ ਭਾਗੋ ਮਾਜਰਾ ਮੁਹਾਲੀ ਦੇ ਵਿੱਚੀ ਮੁੰਡਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ ਹਾਂ ਜੀ ਉਹ ਦੇਖ ਲਓ ਤੁਸੀਂ ਇਸ ਤਰ੍ਹਾਂ ਦੇ ਆ ਵੜ ਕੇ ਤੇ ਉੱਥੇ ਹੀ ਮਾਰ ਗਏ ਨੇ ਵੜ ਕੇ ਮਤਲਬ ਕਿ ਜਿੱਥੇ ਰਹਿੰਦੇ ਸੀ ਉੱਥੇ ਹੀ ਜੀ ਗੋਲੀ ਮਾਰ ਕੇ ਤੇ ਹੋ ਗਿਆ ਉਹ ਗਿਆ ਪਤਾ ਹੀ ਨਹੀਂ ਲੱਗਦਾ ਕੀ ਹੋਣ ਡਿਆ ਜੀ 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 ਬਿਲਕੁਲ ਬਿਲਕੁਲ ਜੀ ਤੇ ਇਸ ਤੋਂ ਬਾਅਦ ਮਿੰਟੂ ਜੀ ਕਹਿੰਦੇ ਜੀ ਇਧਰੋਂ ਮਲੂਕ ਜੀ ਕਰ ਰਹੇ ਕਹਿੰਦੇ ਕਿ ਗੱਠੀ ਉੜ ਵਾਲੇ ਆਗੇ ਜੀ ਪੀਸੀ ਕਰੀ ਜਾਂਦੇ ਆ ਜੀ ਹਾਂ ਮੈਂ ਤੁਹਾਨੂੰ ਦੱਸਿਆ ਸੀ ਆ ਜਾਣਗੇ ਬਸ 1:30 4:00 ਵਜੇ ਡਿਕਲੇਅਰ ਕਰ ਦੋ ਬਿਲਕੁਲ ਹਰਸ਼ਦਵਾਰੀ ਜੀ ਕਰ ਰਹੇ ਜੀ ਕਿ ਕਾਂਗਰਸ ਝਾੜੂ ਨਾਲ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਨਹੀਂ ਕਰਦੀ ਜੀ ਕਦੇਵੀ ਤੇ ਗਠਿਉੜ ਸਿਰੇ ਨਹੀਂ ਲੱਗਣਾ ਜੀ ਕਹਨੇ ਕਿ ਭਾਈ ਉਹ ਤਾਂ ਦੇਖਦੇ ਆ ਭਾਈ ਕੀ ਸ਼ੇਅਰਿੰਗ ਦੇਖੋ ਲੋਕ ਸਭਾ ਚ ਤਾਂ ਹੋ ਸਕਦੀ ਹੈ ਨਾ ਕਿ ਤੁਸੀਂ ਮਤਲਬ ਕਿ ਆਪਦੇ ਉਮੀਦਵਾਰੀ ਨਾ ਖੜਾ ਕਰੋ ਉਹਨੀਆਂ ਸੀਟਾਂ ਤੇ ਕਰ ਦੇਣ ਉਹਨੀਆਂ ਤੇ ਕਰ ਦੇਣ ਜੀ ਫੈਸਲਾ ਤਾਂ ਹਾਈ ਕਮਾਂਡ ਪੱਧਰ ਤੇ ਹੋਣਾ ਹੈ ਇਹ ਕੀ ਕਰੋਗੇ ਜੋ ਕਹਨ ਕਿ ਚਾਰ ਤੁਹਾਨੂੰ ਛੱਡ ਦੇਣੇ ਅੱਠ ਸਾਨੂੰ ਛੱਡ ਦਿਓ ਫੇਰ ਤੇ ਨਹੀਂ ਫਿਰ ਅਨਸਾਸ਼ਣਹੀਨਤਾ ਕਾਰਵਾਈ ਤਾਂ ਪੱਕੀ ਹੈਗੀ ਹੈਗੀ ਆ ਉਹੀ ਤਾਂ ਗੱਲ ਹੈ ਨਾ ਇਹ ਤਾਂ ਕਿਵੇਂ ਹੋ ਸਕਦਾ ਹਜ਼ੂਰ ਇਹ ਲੜਾਈ ਉਹੀ ਸਾਰੀ ਜਿਹੜੀ ਸੀ ਕਿ ਸੀਟ ਸ਼ੇਅਰਿੰਗ ਦੀ ਸੀ ਜੀ ਕਿਉਂਕਿ ਕੇਜਰੀਵਾਲ ਸਾਹਿਬ ਨੇ ਇਹਨਾਂ ਨੂੰ ਇਨਾ ਕਸੂਤਾ ਫਸਾ ਲਿਆ ਇੱਕ ਤੇ ਇਹ ਪ੍ਰਚਾਰ ਕਰ ਦਿੱਤਾ ਕਿ ਦੱਸੋ ਭਾਜਪਾ ਨਾਲ ਜੇ ਕਿ ਸਾਡੇ ਨਾਲ ਜੇ ਯਾਨੀ ਆਰਡੀਨੈਂਸ ਦੇ ਵਿਰੁੱਧ ਚ ਹੈਗੇ ਜੇ ਕਿ ਜਾਂ ਭਾਜਪਾ ਨਾਲ ਹੁਣ ਇੱਕ ਤੇ ਬੜਾ ਵੱਡਾ ਕਸੂਤਾ ਮੋੜ ਤੇ ਉਤੋਂ ਉਤੋਂ ਇਹ ਕਹਿ ਦਿੱਤਾ ਕਿ ਮੈਂ ਨਹੀਂ ਆਉਣਾ ਹੁਣ ਜੀ ਇਹ ਨਹੀਂ ਆਉਂਦੇ ਤੁਸੀਂ ਹਿਸਾਬ ਲਾ ਲਓ ਪੰਜਾਬ ਦਿੱਲੀ ਗੋਆ ਦੇ ਵਿੱਚ ਵੀ ਹੁਣ ਤੇ 5% ਲੈ ਕੇ ਵੋਟੇ ਹੈ ਹੁਣ ਤੇ ਉਹ ਗੁਜਰਾਤ ਤੱਕ ਜੀ ਤਾਂ ਇਹਨਾਂ ਨੂੰ ਲੱਗਿਆ ਕਿ ਬਈ ਹਿਮਾਚਲ ਚ ਵੀ ਕੁਝ ਪਰਸੈਂਟ ਵੋਟ ਲਿਆ ਜੀ ਹਰਿਆਣੇ ਚ ਵੀ ਪੈਰ ਚਮਾਈ ਜਾਂਦੇ ਆ ਕਿ ਬਈ ਫੇਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਸ ਦੇ ਵਿੱਚ ਉਹ ਲੜਨ ਵਾਲਾ ਕੰਮ ਹੋ ਜਾਣਾ ਹੈ ਜੀ ਵੋਟ ਪਾਟੇ ਗਏ ਜੀ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਮੈਂ ਪਤੇ ਦੀ ਜੀ ਅਸਲ ਚ ਜਿਹੜੀ ਕਹਾਣੀ ਹੁਣ ਤੁਰਦੀ ਪਈ ਹੈ ਨਾ ਆਪੋਜੀਸ਼ਨ ਨੂੰ ਇਸ ਗੱਲ ਦਾ ਇਲਮ ਆ ਤੁਸੀਂ 224 ਵਾਲਾ ਡਾਟਾ ਜਦੋਂ ਅਗਾਹ ਵੇਖੋਗੇ ਨਾ ਸਰਕਾਰ ਕਿੱਦਾਂ ਬਣਦੀ ਆ ਜੀ ਉਹ ਜਦੋਂ ਪਿੱਛੇ ਜਾਓਗੇ 19 ਵਾਲਾ ਤਾਂ ਉਹ ਸਮੀਕਰਨ ਕਿੰਨੇ ਟੁੱਟਦੇ ਉਹਦੇ ਤੇ ਨਿਰਭਰ ਕਰੇਗਾ 19 ਚ ਕੀ ਹੋਇਆ 224 ਸੀਟਾਂ ਇਹੋ ਜੀਆਂ ਸੀਗੀਆਂ ਜਿਹਦੇ ਤੇ ਭਾਜਪਾ 50% ਤੋਂ ਵੀ ਵੱਧ ਵੋਟ ਲੈ ਕੇ ਗਈ ਆ ਜੀ ਤੇ ਜੇ 26 ਦਲ ਜੋੜ ਕੇ ਆਪਾਂ 50% ਵੀ ਮੰਨ ਕੇ ਚੱਲੀਏ ਨਾ ਜੀ ਫਿਰ ਵੀ ਉਹ ਜੇ ਪੁਰਾਣਾ ਡਾਟਾ ਚੱਕੋਗੇ ਤਾਂ ਸਭ ਤੋਂ ਵੱਡਾ ਚੈਲੰਜ ਹੋਏਗਾ ਕਿ ਤੁਹਾਨੂੰ ਇੰਨੀਆਂ ਸੀਟਾਂ ਤੇ ਉਹਨਾਂ ਨੂੰ ਪਛਾੜਨਾ ਪਏਗਾ ਸਭ ਤੋਂ ਪਹਿਲਾਂ ਤਾਂ ਤੇ ਜੇ ਕਿਤੇ 19 ਕੀ ਵੀ ਹੁੰਦੀ ਆ ਉਹਦਾ ਮਤਲਬ ਕਿ ਫਰਕ ਪੈ ਜਾਏਗਾ ਕਿਸੇ ਸਟੇਟ ਦੇ ਵਿੱਚ ਇੱਕ ਦੋ ਵੋਟ ਪਰਸੈਂਟ ਦਾ ਛੇਰ ਜਿਹੜਾ ਇੱਧਰ ਉੱਧਰ ਹੁੰਦਾ ਸੋ ਇਸ ਕਰਕੇ ਸੀਟ ਸ਼ੇਰਿੰਗ ਦਾ ਤਾਂ ਪੰਗਾ ਜੀ ਬਾਕੀ ਹੁਣ ਦੇਖੋ ਸੀਟ ਸ਼ੇਰਿੰਗ ਜੇ ਇੱਥੇ ਨਹੀਂ ਹੁੰਦੀ ਪੰਜਾਬ ਦੇ ਵਿੱਚ ਫਿਰ ਇਹਦਾ ਮਤਲਬ ਦਿੱਲੀ 'ਚ ਵੀ ਨਹੀਂ ਹੋਏਗੀ ਜੀ ਪਰ ਚਲੋ ਇਹ ਆ ਕਿ ਸੀਟ ਸ਼ੇਰਿੰਗ ਵੀ ਨਾ ਹੋਵੇ ਜੀ ਪਰ ਇੱਕ ਤਰ੍ਹਾਂ ਨਾਲ ਹੁਣ ਇਹ ਕਹਿ ਦੇਣਾ ਕਿ ਅਸੀਂ ਵਿਚਾਰਧਾਰਕ ਵਿਰੋਧੀ ਨਹੀਂ ਹਾਂਗੇ ਇਹ ਕਿਸ ਕੱਲ ਵੱਲ ਸੰਕੇਤ ਹੈ ਜੀ ਸੰਕੇਤ ਇਹ ਹੋਣਾ ਕਿ ਜੇ ਮੰਨ ਲਓ ਸੀਟ ਸ਼ੇਰਿੰਗ ਨਹੀਂ ਕਰੋਗੇ ਤੇ ਆਪਸ 'ਚ ਲੜਦੇ ਆ ਤੇ ਫਿਰ ਇਹਨਾਂ ਦੇ ਗੱਠ ਜੋੜ ਦਾ ਨੁਕਸਾਨ ਤੇ ਤੈ ਹੈ ਨਾ ਜੀ ਤਾਂ ਫਿਰ ਉਹਦਾ ਹੱਲ ਕੀ ਹੋਏਗਾ ਮੰਨ ਲਓ ਆਪਾਂ ਤਵਾਰੀ ਸਾਹਿਬ ਦੀ ਗੱਲ ਨੂੰ ਮਨਕੇ ਚੱਲਦੇ ਆ ਤਾਂ ਜੇ ਸਿਊਟ ਸ਼ੇਅਰਿੰਗ ਵੀ ਇਹ ਫਾਰਮੂਲਾ ਨਹੀਂ ਲੈ ਕੇ ਆਉਂਦੇ ਜੀ ਤਾਂ ਫਿਰ ਕੀ ਆਪਸ 'ਚ ਇੱਕ ਦੂਜੇ ਦੀ ਵੋਟ ਕੱਟਣਗੇ ਜੇ ਆਪਸ 'ਚ ਹੀ ਵੋਟ ਕਟੂਆ ਹੈ ਤਾਂ ਗੱਠ ਜੋੜ ਦੀ ਫਿਰ ਪਰਿਭਾਸ਼ਾ ਕੀ ਹੈ ਇਹ ਤਾਂ ਮੇਰੀ ਨਵੀਂ ਪਰਿਭਾਸ਼ਾ ਹੀ ਹੋ ਗਈ ਵੀ ਤੇ ਵੇਖਣ ਵਾਲੀ ਵੀ ਕੁਝ ਸਟੇਟਾਂ 'ਚ ਅਸੀਂ ਵੋਟ ਕਟੂਏ ਹੋਵਾਂਗੇ ਕੁਝ ਥਾਂ 'ਤੇ ਅਸੀਂ ਇਕੱਠੇ ਹੋਵਾਂਗੇ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਸੁਖਚਾਨ ਜੀ ਮਿੰਟੂ ਜੀ ਪੁੱਛ ਰਿਹਾ ਵੀਰ ਜੀ ਇੱਕ ਚੀਜ਼ ਸਾਫ਼ ਕਰੋ ਜਰਾ ਕਹਿੰਦੇ ਕਿ ਫੌਜ ਜਿਹੜੀ ਮਦਦ ਵਾਸਤੇ ਆ ਰਹੀ ਹੈ ਪੰਜਾਬ ਦੇ ਵਿੱਚ ਇਹਦਾ ਪੈਸਾ ਪੰਜਾਬ ਤੋਂ ਲਵੇਗਾ ਜੀ ਸੈਂਟਰ ਕਹਿੰਦੇ ਕਿ ਜੀ ਮੇਰੇ ਖਿਆਲ ਨਾਲ ਤਾਂ ਲਏਗਾ ਮਿੰਟੂ ਜੀ ਜਿੱਦਾਂ ਪਹਿਲਾਂ ਫੋਰਸਾਂ ਆਉਂਦੀਆਂ ਨੇ ਉਹਨਾਂ ਦਾ ਖਰਚਾ ਤਾਂ ਭੱਟੇ ਕਰਦੀ ਨਹੀਂ ਉਹ ਦੇਖੋ ਜਿਹੜੀਆਂ ਆਈਆਂ ਨੇ ਪੈਰਾ ਮਿਲਟਰੀ ਸੀ ਹਾਂ ਜੀ ਪੈਰਾ ਮਿਲਟਰੀ ਫੋਰਸਸ ਮੈਨੂੰ ਲੱਗਦਾ ਕਿ ਆਰਮੀ ਵਾਲੇ ਨਹੀਂ ਹੋਏਗਾ ਸ਼ਾਇਦ ਆਰਮੀ ਜਾਂ ਐਨ ਡੀ ਆਰ ਕਿਉਂਕਿ ਡੀ ਸੀ ਹਾਂ ਜੀ ਡੀ ਸੀ ਬੁਲਾਉਂਦੇ ਆ ਜੀ ਜ਼ਰੂਰਤ ਹੁੰਦੀ ਹੈ ਤਾਂ ਕੁਦਰਤੀ ਵਿਵਦਤਾ ਵਾਸਤੇ ਮੈਨੂੰ ਨਹੀਂ ਲੱਗਦਾ ਐਸਾ ਹੋਏਗਾ ਸ਼ਾਇਦ ਖਾਸ ਕਰਕੇ ਇਸ ਵੀਡੀਓ ਹਾਂ ਜੀ ਕਿਉਂਕਿ ਹਾਂ ਜੀ ਸ਼ਾਇਦ ਐਸਾ ਨਹੀਂ ਹੋਏਗਾ ਜੀ ਬਾਕੀ ਜੇ ਜੇ ਹੁੰਦਾ ਤਾਂ ਉਹ ਆਪੇ ਉਹਨਾਂ ਦੇ ਕੋਲ ਕਿਉਂ ਕਿ ਐਨਡੀਆਰਐਫ ਦਾ ਪੈਸਾ ਹੈਗਾ ਹੀ ਆ ਹਾਂਜੀ ਐਸਟੀਆਰਐਫ ਦਾ ਡੀਐਨਡੀਆਰਐਫ ਦਾ ਉਧਰੋਂ ਵੀ ਪੇਮੈਂਟ ਹੋ ਸਕਦੀ ਪਰ ਮੈਨੂੰ ਨਹੀਂ ਲੱਗਦਾ ਉਹ ਪੈਰਾ ਮਿਲਟਰੀ ਫੋਰਸਸ ਦੇ ਜਿਹੜੇ ਹੁੰਦੀ ਹੈ ਇੱਥੇ ਤਾਇਨਾਤੀ ਸ਼ਾਇਦ ਉਹਨਾਂ ਤੇ ਤਾਂ ਹੁੰਦਾ ਖਰਚ ਜੀ ਉਹਨਾਂ ਤੇ ਹੁੰਦਾ ਆਰਮੀ ਕਿਉਂਕਿ ਇੱਕ ਐਮਰਜੈਂਸੀ ਹਾਲਾਤ ਚ ਬੁਲਾਈ ਗਈ ਹੈ ਬਿੱਤਾ ਵਾਸਤੇ ਜੀ ਤੇ ਉਹ ਵੀ ਡੀਸੀ ਕਾਲ ਕਰਦੇ ਨੇ ਕਿ ਸਾਨੂੰ ਆਰਮੀ ਦੀ ਜ਼ਰੂਰਤ ਪੈ ਗਈ ਆ ਜੀ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਵੈਸਾ ਕਰਨਗੇ ਕਿ ਹਾਂ ਭਈ ਬਿੱਲ ਦਿਓ ਫਲਾਣ ਕਰੋ ਟਮਕਾਲ ਕਰੋ ਬਾਕੀ ਉਹਨਾਂ ਦੇ ਕੋਲ ਐਨ ਡੀ ਆਰ ਐਫ ਦਾ ਜਦੋਂ ਪਿਆ ਉੱਤੇ ਵੀ ਹੈਗਾ ਇੱਥਾਂ ਵੀ ਹੈਗਾ ਇੱਥਾਂ ਵੀ ਹੈਗਾ ਬਿਲਕੁਲ ਬਿਲਕੁਲ ਜੀ ਇਧਰੋਂ ਬਲਵੀਰ ਖਿਚਰ ਜੇ ਕਰੇ ਅਬੇ ਸਿੰਘ ਤੇ ਹਰਿਆਣਾ ਹਰਿਆਣਾ ਚ ਕਾਂਗਰਸ ਨੂੰ ਵੀ ਬੀ ਜੀ ਪੀ ਦੀ ਬੀ ਟੀਮ ਕਹਿੰਦੇ ਸੀਗੇ ਜੀ ਕਹਿੰਦੇ ਕਿ ਭਈ ਪਤਾ ਨਹੀਂ ਹੁਣ ਕੀ ਬਣੂ ਹਰਿਆਣੇ ਚ ਤਾਂ ਪੇਛੇ ਚੰਗੇ ਬਹਿਣਗੇ ਕਿ ਮੈਨੂੰ ਹੋਰ ਦਾ ਨਹੀਂ ਪਤਾ ਬੀ ਕੌਣ ਆ ਸੀ ਕੌਣ ਆ ਡੀ ਕੌਣ ਆ ਇਹ ਕੌਣ ਆ ਹਾਂ ਪੇਛੇ ਉੱਥੇ ਐਤ ਕੀ ਪੂਰੇ ਬਹਿਣਗੇ ਪੂਰੇ ਖੜਕੇ ਹੋਣਗੇ ਕਾਂਗਰਸ ਜਲਵਾ ਦਿਖਾ ਸਕਦੀ ਹੈ ਮਾਹੌਲ ਬਦਲ ਸਕਦਾ ਮਤਲਬ ਕੋਈ ਨਹੀਂ ਹਾਂਜੀ ਆਮ ਆਦਮੀ ਪਾਰਟੀ ਉਹੀ ਮੈਂ ਕਹਿਣਾ ਨਾ ਕਿ ਜੇ ਵੋਟ ਕਟਵਾ ਨਹੀਂ ਬਣਦੇ ਜੀ ਤਾਂ ਫਿਰ ਤਾਂ ਇਟ ਖੜਕੇ ਤਾਂ ਪੂਰੇ ਤਗੜੇ ਹੋ ਗਏ ਜੀ